ਜੇ ਤੁਸੀਂ ਸੰਸਾਰ ਵਿੱਚ ਸੁੱਖ, ਇੱਜ਼ਤ, ਸਨਮਾਨ ਚਾਹੁੰਦੇ ਹੋ ਤਾਂ ਇਹ ਤੁਹਾਨੂੰ ਪਹਿਲੇ ਦੂਸਰਿਆਂ ਨੂੰ ਦੇਣਾ ਪਵੇਗਾ। ਇਸ ਲਈ ਜੋ ਵੀ ਕਰਮ ਕਰੋ, ਇਹ ਸੋਚ ਕੇ ਕਰੋ ਕਿ ਮੈਂ ਜੋ ਵੀ ਕਰਨ ਜਾ ਰਿਹਾ ਹਾਂ ਉਸ ਤੋਂ ਕਈ ਗੁਣਾ ਹੋ ਕੇ ਮਿਲਣਾ ਹੈ। ਕਿਸੇ ਨੂੰ ਦੁੱਖ ਦੇਣ ਤੋਂ ਪਹਿਲੇ ਸੋਚ ਲਵੋ ਕਿ ਇਹ ਦੁੱਖ ਦਾ ਬੀਜ ਨਤੀਜੇ ਵਜੋਂ ਦੁੱਖ ਦੇ ਅਨੇਕ ਫਲ ਲੈ ਕੇ ਆਵੇਗਾ। ਇਹ ਦੁੱਖ ਸੁੱਖ ਤਾਂ ਤੁਹਾਡੇ ਆਪਣੇ ਹੀ ਹੱਥਾਂ ਦੀ ਖੇਡ ਹੈ। ਕਈ ਵਾਰੀ ਸਾਨੂੰ ਕੋਈ ਦੁੱਖ ਆ ਜਾਵੇ, ਸਾਡੇ 'ਤੇ ਕੋਈ ਭਵਜਲ ਬਣ ਜਾਵੇ ਤਾਂ ਆਮ ਤੌਰ 'ਤੇ ਸਿਆਣੇ ਲੋਕ, ਸੰਤ ਮਹਾਂਪੁਰਸ਼, ਮਹਾਤਮਾ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਪਿਛਲੇ ਜਨਮ ਕੋਈ ਦੁੱਖ ਬੀਜਿਆ ਸੀ ਤਾਂ ਹੁਣ ਇਸ ਜਨਮ ਵਿੱਚ ਆਇਆ ਹੈ, ਹੁਣ ਉਹ ਬੀਜਿਆ ਹੋਇਆ ਕਰਮ ਤਾਂ ਕੱਟਣਾ ਹੀ ਪਵੇਗਾ। ਭਾਵ ਕਿ ਅਸੀਂ ਕਦੀ ਵੀ ਕੋਈ ਕਰਮ ਕੀਤਾ ਹੋਵੇ, ਉਹ ਕਰਮ ਸਾਡਾ ਲੇਖ ਬਣ ਜਾਂਦਾ ਹੈ। ਇਸ ਲਈ ਜੇ ਕੋਈ ਦੁੱਖ ਜਾਂ ਕੋਈ ਭਵਜਲ ਆਵੇ ਤਾਂ ਸਮਝ ਲੈਣਾ ਕਿਤੇ ਕੋਈ ਬੀਜਿਆ ਸੀ, ਅੱਜ ਕੱਟਣਾ ਪੈ ਰਿਹਾ ਹੈ। ਬਾਣੀ ਦੀਆਂ ਵੀ ਪੰਗਤੀਆਂ ਹਨ, ਦੱਦੇ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।